ਰਚਪਾਲ ਕੋਰ ਗਿੱਲ ਦੀ ਕਹਾਣੀ ਕੁਦਰਤ ਦੇ ਸਬੰਧਿਤ ਦਾ ਬਾਕੀ ਦਾ ਪਾਗ ਰਵਨੀਤ ਕਹਿਣ ਲੱਗੀ ਬਾਬਾ ਜੀ ਤੁਸੀਂ ਤਾਂ ਹਰ ਰੋਜ਼ ਪੜ੍ਹਦੇ ਸੀ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਬੰਧਿਤ ਕਿ ਉਹ ਕੁਦਰਤ ਦਾ ਬੰਦਾ ਨਹੀਂ ਸੁਣਦੇ ਸਾਰ ਹਰਦਿਤ ਸਿੰਘ ਅੱਗ ਬਬੂਲਾ ਹੋ ਗਿਆ ਕਹਿਣ ਲੱਗਾ ਖਬਰਦਾਰ ਜੇ ਅੱਗੇ ਇੱਕ ਲਫ਼ਜ਼ ਵੀ ਬੋਲੀ ਤਾਂ ਜ਼ੁਬਾਨ ਖੇਚ ਲਾਂਗਾ ਤੂੰ ਸਾਨੂੰ ਸ਼ਰੀਕੇ ਭਾਈਚਾਰੇ 'ਚ ਮੂੰਹ ਦਿਖਾਉਣ ਯੋਗ ਨਹੀਂ ਛੱਡਿਆ ਤੇ ਨਾਲ ਹੀ ਤਾੜ ਕਰਦੀ ਚਪੇੜ ਰਵਨੀਤ ਦੇ ਮੂੰਹ ਤੇ ਕੱਡ ਮਾਰੀ। ਉਹਦਾ ਸਿਰ ਕੰਧ ਦੀ ਅਸੀ ਨਾਲ ਵੱਜਦਿਆਂ ਹੀ ਉਹ ਸੋਫੇ ਦੀ ਇੱਕ ਸਾਈਡ ਤੇ ਵੱਜਦੀ ਹੋਈ ਡਿੱਗ ਪਈ। ਡਿੱਗਦੇ ਹੀ ਮੱਥੇ ਵਿੱਚੋਂ ਥੋੜਾ ਜਿਹਾ ਲਹੂ ਵਗਦਾ ਦੇਖ ਕੇ ਅਮਨ ਭੱਜ ਕੇ ਆ ਕੇ ਪੁੰਜਣ ਲੱਗੀ ਤਾਂ ਹਰਦੇਵਤ ਸਿੰਘ ਨੇ ਉਹਨੂੰ ਵੀ ਦਬਕਾ ਮਾਰਦਿਆਂ ਹੋਇਆਂ ਪਰੇ ਰਹਿਣ ਲਈ ਕਿਹਾ। ਉਸ ਤੋਂ ਬਾਅਦ ਰਵਨੀਤ ਕੁਝ ਨਾ ਬੋਲੀ। ਹਰਦੇਵਤ ਸਿੰਘ ਨੇ ਆਪਣਾ ਹੁਕਮ ਸੁਣਾਉਂਦਿਆਂ ਹੋਇਆਂ ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਇਸ ਘਰ ਤੋਂ ਬਾਹਰ ਨਹੀਂ ਜਾ ਸਕਦੀ। ਰਵਨੀਤ ਅੱਗੇ ਉਹ ਕੁਝ ਨਾ ਬੋਲੀ। ਦੇਵ ਪਿਓ ਨੂੰ ਪਰੇ ਲੈ ਜਾ ਕੇ ਸਮਝਾਉਣ ਲੱਗਾ ਡੈਡੀ, ਇੱਥੇ ਡਰਨੀ ਚੱਲਣਾ। ਇਹ ਆਪਾਂ ਸਾਰਿਆਂ ਨੂੰ ਅੰਦਰ ਕਰਾ ਦੇਗੀ। ਰੱਬ ਦਾ ਵਾਸਤਾ ਆਪਾਂ ਇਹਨੂੰ ਪਿਆਰ ਨਾਲ ਸਮਝਾਈਏ। ਸਾਰੇ ਘਰ 'ਚ ਇੱਕ ਅਜੀਬ ਕਿਸਮ ਦੀ ਸੰਸਨੀ ਛਾ ਗਈ। ਰਾਤ ਨੂੰ ਰਵਨੀਤ ਨੇ ਕੁਝ ਨਾ ਖਾਦਾ। ਬਾਕੀ ਦੋਹਾਂ ਬੱਚਿਆਂ ਨੇ ਅੱਧ ਪਚਦਾ ਢਿੱਡ ਭਰ ਕੇ ਸੌਣ ਦੀ ਕਾਲ ਕੀਤੀ। ਅਮਨ ਨੇ ਰੋਂਦਿਆਂ ਕੁਰਲਾਉਂਦਿਆਂ ਰਵਨੀਤ ਨੂੰ ਗਲਣਾ ਲਾ ਕੇ ਬਥੇਰਾ ਸਮਝਾਇਆ ਕਿ ਕੁਝ ਖਾ ਲਵੇ ਉਹ ਕੁਝ ਖਾਦੇ ਪੀਤੇ ਬਿਨਾਂ ਹੀ ਲਵਲੀਨ ਵਾਲੇ ਕਮਰੇ ਚ ਜਾ ਸੁੱਤੀ ਕੋਈ ਰਾਤ ਦੇ 1 ਵਜੇ ਸਾਰਾ ਪਰਿਵਾਰ ਸੁੱਤਾ ਪਿਆ ਛੱਡ ਕੇ ਰਵਨੀਤ ਘਰੋਂ ਬਾਹਰ ਨਿਕਲੀ ਜਦੋਂ ਦੇਵ ਨੇ ਘਰ ਦਾ ਦਰਵਾਜ਼ਾ ਖੜਕਦਾ ਸੁਣਿਆ ਤਾਂ ਉੱਠ ਕੇ ਉਹਦੇ ਮਗਰ ਬਾਹਰ ਭੱਜਿਆ ਇੰਨੇ ਨੂੰ ਉਹ ਸੜਕ ਤੇ ਖੜੀ ਟੈਕਸੀ ਫੜ ਕੇ ਜਾ ਚੁੱਕੀ ਸੀ ਦੇਵ ਵਾਪਸ ਘਰ ਪਰਤ ਆਇਆ ਤੇ ਫੁੱਟ ਫੁੱਟ ਕੇ ਰੋਣ ਲੱਗਾ ਉਹਨੂੰ ਇਸ ਤਰ੍ਹਾਂ ਰੋਂਦਿਆਂ ਉਹਦੇ ਸਾਰੇ ਪਰਿਵਾਰ ਨੇ ਪਹਿਲੀ ਵਾਰ ਸੁਣਿਆ ਸਾਰੇ ਘਰ ਦਾ ਮਾਹੌਲ ਇੱਕ ਵਾਰ ਫਿਰ ਅਜੀਬ ਜਿਹਾ ਬਣ ਗਿਆ ਰਵਨੀਤ ਦੇ ਮੱਥੇ ਤੇ ਕੰਧ ਦੀ ਅੱਸੀ ਵੱਜਨ ਨਾਲ ਸੋਚ ਪੈ ਗਈ ਸੀ ਇੱਕ ਛਰੀਟ ਵੀ ਪਤਾ ਨਹੀਂ ਕਿਵੇਂ ਪੈ ਗਈ ਜਿਸ ਕਰਕੇ ਮੱਥੇ ਚੁੰਮਾ ਮੂਲੀ ਜਿਹਾ ਖੂਨ ਵੀ ਨਿਕਲ ਆਇਆ ਸੀ ਉਹਦੇ ਜਾਣ ਤੋਂ ਬਾਅਦ ਸਭ ਨੂੰ ਇੱਕ ਸਾਂਝਾ ਜਿਹਾ ਖੌਫ ਅੰਦਰੋਂ ਅੰਦਰ ਹੀ ਖਾ ਰਿਆ ਸੀ ਕਿ ਰਵਨੀਤ ਜ਼ਰੂਰ ਉਹਨੂੰ ਮਾਰਨ ਤੇ ਮੱਥੇ ਤੇ ਸੱਟ ਲੱਗਣ ਬਾਰੇ ਪੁਲਿਸ ਨੂੰ ਰਿਪੋਰਟ ਕਰੇਗੀ ਕਈ ਦਿਨ ਬੀਤ ਗਏ ਰਵਨੀਤ ਵੱਲੋਂ ਕੋਈ ਵੀ ਚੰਗੀ ਜਾਂ ਮਾੜੀ ਖਬਰ ਨਾ ਆਈ ਨਾ ਹੀ ਪਰਿਵਾਰ ਨੇ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਜ਼ਿਆਦਾ ਅਸਰ ਹਰਦੇਤ ਸਿੰਘ ਤੇ ਹੋਇਆ ਉਹਨੇ ਤਾਂ ਕਈ ਦਿਨ ਸਵੇਰੇ ਉੱਠ ਕੇ ਪਾਠ ਵੀ ਨਾ ਕੀਤਾ ਨਾ ਹੀ ਆਪਣੀ ਕਮਿਊਨਿਟੀ ਸੈਂਟਰ 'ਚ ਬਣੇ ਕਿਸੇ ਬਜ਼ੁਰਗ ਦੋਸਤ ਨਾਲ ਗੱਲਬਾਤ ਕੀਤੀ ਘਰ ਵਿੱਚ ਚੁੱਪਚਾਪ ਬੈਠਾ ਹੀ ਕਹਿ ਛੱਡਦਾ ਸਾਡੇ ਨਾਲ ਰੱਬ ਨੇ ਕੀ ਕੀਤਾ ਲੋਕਾਂ ਨੂੰ ਕੀ ਦੱਸਾਂਗੇ ਮਹੀਨੇ ਕੋ ਬਾਅਦ ਰਵਨੀਤ ਨੇ ਫੋਨ ਕੀਤਾ ਉਹਦੀ ਆਵਾਜ਼ ਸੁਣਦੇ ਸਾਰੀ ਹਰਦੇਤ ਸਿੰਘ ਗੁੱਸੇ 'ਚ ਆਕੇ ਫੋਨ ਬੰਦ ਕਰ ਦਿੱਤਾ ਜਦੋਂ ਹਰਦਿਤ ਸਿੰਘ ਨੇ ਦੇਵ ਨੂੰ ਰਵਨੀਤ ਦੇ ਫੋਨ ਬਾਰੇ ਦੱਸਿਆ ਕਹਿਣ ਲੱਗਾ ਡੈਡੀ ਜੀ ਤੁਸੀਂ ਉਹਦੇ ਨਾਲ ਪਿਆਰ ਨਾਲ ਗੱਲ ਕਰਨੀ ਸੀ ਸ਼ਾਇਦ ਉਹ ਬਦਲ ਜਾਵੇ ਡੈਡੀ ਜੀ ਕਿੰਨਾ ਕਚੇਰ ਬੱਕਰੇ ਦੀ ਮਾਂ ਵਾਂਗ ਖੈਰ ਮਨਾਵਾਂਗੇ ਜਦੋਂ ਅਸੀਂ ਇਨਾਂ ਲੋਕਾਂ ਵਿੱਚ ਆਏ ਆ ਤਾਂ ਸਾਡੇ ਬੱਚਿਆਂ ਨੇ ਵੀ ਇਨਾਂ ਚ ਰਹਿਣਾ ਹੈ ਮਿਲਣਾ ਜੁਲਣਾ ਤੇ ਗੱਲਾਂ ਵਿਆਹ ਕਰਵਾਉਣ ਤੱਕ ਵੀ ਪੁੱਜ ਸਕਦੀਆਂ ਨਾਲੇ ਆਪਣੇ ਦੇਸ਼ ਵਿੱਚ ਵੀ ਤਾਂ ਜਿਹਾ ਕੋਈ ਕਈ ਕੁਝ ਹੁੰਦਾ ਹੈ ਦੇਵ ਨੇ ਨਾਲ ਹੀ ਆਪਣੇ ਨਾਲ ਪੜਦੀ ਸ਼ਹਿਰ ਦੇ ਕਹਿੰਦੇ ਕਹੋਂਦੇ ਸੇਠਾਂ ਦੀ ਕੁੜੀ ਦੀ ਗੱਲ ਹਰਦੇਤ ਸਿੰਘ ਨੂੰ ਯਾਦ ਕਰਵਾਈ ਕਿਵੇਂ ਉਹ ਆਪਣੇ ਨਾਲ ਪੜਦੇ ਕਿਸੇ ਪਿੰਡ ਦੇ ਮੁੰਡੇ ਨਾਲ ਨਿਕਲ ਗਈ ਸੀ ਸੇੜ ਕਈ ਚਿਰ ਲੱਭਦੇ ਰਹੇ ਕਿ ਉਸ ਮੁੰਡੇ ਦਾ ਪੈਸੇ ਢੇਲੇ ਦੇ ਕੇ ਕੋਗਾ ਚਿੱਤ ਕਰਵਾ ਦੇਣਗੇ ਬਾਅਦ ਚ ਪਤਾ ਲੱਗਾ ਦੋਵੇਂ ਜਣੇ ਅਮਰੀਕਾ ਜਾ ਸੈੱਟ ਹੋਏ ਆ ਸਨ ਅਜਗੀਆਂ ਹੋਰ ਵੀ ਬਥੇਰੀਆਂ ਘਟਨਾਵਾਂ ਹਨ ਡੈਡੀ ਜੀ ਆਪਾਂ ਨੂੰ ਵੀ ਕੁਝ ਬਦਲਣਾ ਪੈਣਾ ਹੈ ਦੇਵ ਦੀਆਂ ਗੱਲਾਂ ਸੁਣ ਕੇ ਹਰਦੇਵ ਸਿੰਘ ਆਪੇ ਤੋਂ ਬਾਹਰ ਹੋ ਕੇ ਕਹਿਣ ਲੱਗਾ ਜੇਕਰ ਤੂੰ ਵੀ ਇਸ ਤਰ੍ਹਾਂ ਸੋਚਦਾ ਤਾਂ ਸਾਡੀ ਟਿਕਟ ਕਟਵਾ ਦੇ ਤੇ ਸਾਨੂੰ ਵਾਪਸ ਜਹਾਜ਼ ਤੇ ਚੜਾ ਦੇ ਬਾਅਦ ਤੂੰ ਜਾਣੀ ਜਾਂ ਤੇਰਾ ਕੰਮ ਜਾਣੀ ਅਸੀਂ ਤੇਰੇ ਲਈ ਮਰ ਗਏ ਦੇਵ ਕਹਿਣ ਲੱਗਾ ਡੈਡੀ ਮੈਂ ਤਾਂ ਜੋ ਕੁਝ ਅੱਜ ਕੱਲ ਹੋ ਰਿਹਾ ਹੈ ਉਹਦੇ ਬਾਰੇ ਦੱਸਿਆ ਤੁਸੀਂ ਐਵੇਂ ਗੁੱਸੇ ਹੋਈ ਜਾਂਦੇ ਹੋ ਕੋਈ 2 ਕੁ ਮਹੀਨੇ ਬਾਅਦ ਫਿਰ ਰਵਨੀਤ ਦਾ ਫੋਨ ਆਇਆ ਇਸ ਵਾਰ ਫੋਨ ਤਰਸੀਮ ਕਰਨੇ ਚੁੱਕਿਆ ਰਵਨੀਤ ਨੇ ਉਹਨੂੰ ਦੱਸਿਆ ਕਿ ਉਹਨੇ 2 ਦਿਨ ਪਹਿਲਾਂ ਕੋਟ ਮੈਰਿਜ ਕਰਵਾ ਲਈਏ ਸੁਣ ਕੇ ਤਰਸੀਮ ਕਾ ਰੁੱਚੀ ਉੱਚੀ ਉੱਚੀ ਰੋਣ ਲੱਗ ਪਈ ਤੇ ਨਾਲ ਹੀ ਹਰਦੇਤ ਸਿੰਘ ਨੂੰ ਦੱਸਣ ਲੱਗੀ ਕਿ ਕੁੜੀ ਨੇ ਤਾਂ ਵਿਆਹ ਕਰਵਾ ਕੇ ਸਾਡੇ ਸਿਰ ਖੇ ਪਾ ਦਿੱਤੀ ਉਹਨੇ ਤਰਸੀਮ ਕੌਰ ਕੋਲੋਂ ਫੋਨ ਖੋ ਕੇ ਰਵਨੀਤ ਨੂੰ ਕਿਹਾ ਤੂੰ ਸਾਡੇ ਲਈ ਮਰ ਗਈ ਹੈ ਸਾਡੇ ਘਰ ਦੁਬਾਰਾ ਫੋਨ ਨਾ ਕਰੀ ਉਸ ਤੋਂ ਬਾਅਦ ਰਵਨੀਤ ਨੇ ਕਦੇ ਫੋਨ ਨਾ ਕੀਤਾ ਹਰਦੇਤ ਸਿੰਘ ਘਰ ਬੈਠਾ ਅੰਦਰੇ ਅੰਦਰ ਵਹਿਮੀ ਜਾ ਹੋ ਕੇ ਦਿਮਾਗੀ ਤਣਾਅ ਦਾ ਸ਼ਿਕਾਰ ਹੋਣ ਲੱਗ ਪਿਆ ਉਦੀ ਹਾਲਤ ਵੇਖ ਕੇ ਜੇਕਰ ਦੇਵ ਉਹਨੂੰ ਬਾਹਰ ਲੈ ਕੇ ਜਾਂਦਾ ਤਾਂ ਗੋਰੀਆਂ ਵੱਲ ਵੇਖ ਕੇ ਉਹ ਐਵੇਂ ਉਹਨਾਂ ਨੂੰ ਮੂੰਹ 'ਚ ਗਾਲਾਂ ਕੱਢਣ ਲੱਗ ਪੈਂਦਾ। ਸਮਾ ਆਪਣੀ ਚਾਲੇ ਚੱਲਦਾ ਗਿਆ। ਰਵਨੀਤ ਦੇ ਕੀਤੇ ਦੀ ਸਜ਼ਾ ਲਵਲੀਨ ਨੂੰ ਭੁਗਤਣੀ ਪੈ ਰਹੀ ਸੀ। ਹਰਦਿਤ ਸਿੰਘ ਨੇ ਕਿਹਾ ਲਵਲੀਨ ਨੂੰ ਪੜਨੋਂ ਹਟਾ ਕੇ ਇਹਨੂੰ ਇੰਡੀਆ ਲੈ ਜਾ ਕੇ ਦਾ ਵਿਆਹ ਕਰ ਦਿੱਤਾ ਜਾਏ। ਲਵਲੀਨ ਨੇ ਤਰਲੇ ਪਰ ਆਵਾਜ਼ ਠਾਹਿਆ "ਬਾਬਾ ਜੀ ਮੈਨੂੰ ਪੜ ਲੈਣ ਦਿਓ ਫਿਰ ਮੇਰਾ ਵਿਆਹ ਜਿੱਥੇ ਮਰਜ਼ੀ ਕਰ ਦਿਓ।" ਉਹ ਕਿਸੇ ਸਹੇਲੀ ਦੇ ਘਰ ਨਹੀਂ ਸੀ ਜਾ ਸਕਦੀ ਕਿਸੇ ਨੂੰ ਫੋਨ ਨਹੀਂ ਸੀ ਕਰ ਸਕਦੀ ਆਖਰ ਦੇਵਤੇ ਅਮਨ ਦੇ ਬਹੁਤਾ ਕਹਿਣ ਤੇ ਪੜਨੋ ਤਾਂ ਉਹਨੂੰ ਨਾ ਹਟਾਇਆ ਗਿਆ ਪਰ ਉਤੇ ਸਖਤ ਨਿਗਰਾਨੀ ਜ਼ਰੂਰ ਰੱਖੀ ਜਾਣ ਲੱਗ ਪਈ ਇੱਕ ਦਿਨ ਹਰਦੇਵ ਸਿੰਘ ਦੇ ਪਿੰਡੋਂ ਦੇ ਸ਼ਰੀਕੇ ਭਾਈਚਾਰੇ ਚੋਂ ਮੂਨ ਸਿੰਘ ਜੋਸ ਨਾਲ ਆਰਮੀ ਚ ਨੌਕਰੀ ਕਰਦਾ ਸੀ ਦਾ ਫੋਨ ਆਇਆ ਉਹ ਤਿੰਨ ਘੰਟੇ ਦੀ ਡਰਾਈਵ ਕਰਕੇ ਜਾਣ ਦੀ ਵਿੱਤ ਤੇ ਇੱਕ ਸ਼ਹਿਰ ਚ ਰਹਿਣ ਲਈ ਆਪਣੀ ਕੁੜੀ ਕੋਲ ਆਇਆ ਸੀ ਉਦੀ ਕੁੜੀ ਹਰਦੇਤ ਸਿੰਘ ਦੀ ਕੁੜੀ ਦੀ ਕਲਾਸ ਫੈਲੋ ਹੋਣ ਕਰਕੇ ਉਸ ਕੋਲੋਂ ਹਰਦੇਤ ਸਿੰਘ ਦਾ ਟੈਲੀਫੋਨ ਨੰਬਰ ਵੀ ਆਉਂਦਾ ਹੋਇਆ ਲੈ ਆਇਆ ਸੀ। ਉਹਨੇ ਹਰਦੇਤ ਸਿੰਘ ਨੂੰ ਕਿਹਾ ਕਿ ਉਹਨੂੰ ਮਿਲਣ ਆਉਣ ਦਾ ਖਾਸ਼ ਮੰਦ ਹੈ। ਹਰਦੇਤ ਸਿੰਘ ਅੱਗੇ ਉਹ ਕਹਿਣ ਲੱਗਾ ਯਾਰ ਮੈਂ ਹੀ ਤੈਨੂੰ ਮਿਲਣ ਆ ਜਾਵਾਂਗਾ। ਇਸ ਸੌਣ ਵਾਲੇ ਵੀਕਐਂਡ ਤੇ ਤੂੰ ਐਵੇਂ ਕੁੜੀ ਦੇ ਜਵਾਈ ਨੂੰ ਗੈਸ ਭੁਕਣ ਲਈ ਕਹੇਂਗਾ। ਨਾਲੇ ਤੂੰ ਅਜੇ ਕਿਹੜਾ ਕਾਰ ਚਲਾ ਸਕਦਾ ਨਵਾਂ ਨਵਾਂ ਐਵੇਂ ਖਰਚ ਕਰੇਂਗਾ। ਜਦੋਂ ਦੇਵ ਨੂੰ ਪਤਾ ਲੱਗਾ ਉਹਨੇ ਬਥੇਰਾ ਸਮਝਾਇਆ ਡੈਡੀ ਤੁਸੀਂ ਇੰਨੀ ਦੂਰ ਕਾਰ ਚਲਾ ਕੇ ਨਾ ਜਾਓ। ਜਦੋਂ ਦੀ ਰਵਨੀਤ ਘਰੋਂ ਗਈ ਐ ਦੇਵ ਉਹਨੂੰ ਕਾਟੀਕਾਰ ਚ ਲਾਉਣ ਦਿੰਦਾ ਕਿਉਂਕਿ ਜਦੋਂ ਵੀ ਰਾਹ 'ਚ ਉਹ ਗੋਰੀਆਂ ਨੂੰ ਦੇਖਦਾ ਆਪ ਮੁਹਾਰੇ ਦੋ ਚਾਰ ਗਾਲਾਂ ਕੱਢ ਦਿੰਦਾ ਇਹਨਾਂ ਕੰਜਰਾਂ ਨੇ ਕਈ ਸਾਲ ਸਾਡੇ ਤੇ ਰਾਜ ਕੀਤਾ ਹੁਣ ਸਾਡੀ ਇੱਜ਼ਤ ਨੂੰ ਵੀ ਪੈ ਗਏ ਨੇ ਕਿਸੇ ਦੇ ਵੀ ਕਹਿ ਨਾ ਲੱਗਦਾ ਹੋਇਆ ਵੀਕਐਂਡ ਤੇ ਹਰਦਿਤ ਸਿੰਘ ਮੋਹਨ ਸਿੰਘ ਨੂੰ ਮਿਲਣ ਜਾਣ ਦੀ ਤਿਆਰੀ ਖੇਚਣ ਲੱਗਾ ਤੁਰਨ ਲੱਗੇ ਨੂੰ ਤਰਸੀਮ ਕੌਰ ਕਹਿਣ ਲੱਗੀ ਉਹ ਵੀ ਉਹਦੇ ਨਾਲ ਚੱਲਦੀ ਅਗੇ ਹਰਦੇਵ ਸਿੰਘ ਕਹਿਣ ਲੱਗਾ ਜਨਾਨੀਆਂ ਦੀ ਕਿਹੜੀ ਜ਼ੁਬਾਨ ਰਹਿੰਦੀ ਹੈ ਗੱਲਾਂ-ਗੱਲਾਂ 'ਚ ਘਰ ਦੇ ਸਾਰੇ ਭੇਦ ਖੋਲ ਦਿੰਦੀਆਂ ਉਹ ਕੁੜੀ ਬਾਰੇ ਪੁੱਛਣਗੇ ਕੋਈ ਨਾ ਕੋਈ ਗੱਲ ਮੂੰਹ ਕੱਢ ਦੇਣਗੇ ਤੂੰ ਘਰ ਹੀ ਰਹਿ ਹਰਦੇਵ ਸਿੰਘ ਨੇ ਗੱਡੀ ਕੱਢੀ ਤੁਰ ਪਿਆ ਤੇ ਜਦੋਂ ਹਾਈਵੇ ਤੇ ਗੱਡੀ ਚਲਾ ਰਿਹਾ ਸੀ ਨਾਲ ਹੀ ਕਈ ਤਰ੍ਹਾਂ ਦੀਆਂ ਸੋਚਾਂ 'ਚ ਡੁੱਬੇ ਹੋਏ ਨੂੰ ਪਤਾ ਹੀ ਨਾ ਲੱਗਾ ਕਦੋਂ 100 ਕਿਲੋਮੀਟਰ ਘੰਟੇ ਦੀ ਰਫ਼ਤਾਰ ਤੋਂ ਵੱਧ ਚੱਲਦੀ ਕਾਰ ਸੜਕ ਤੋਂ ਉਤਰ ਕੇ ਸੜਕ ਦੇ ਨਾਲ ਪੈਂਦੀ ਡੂੰਗੀ ਖਾੜ ਵਿੱਚ ਜੰਡ ਗਈ ਤੇ ਅੱਗ ਦੀ ਲਪੇਟ ਚ ਆ ਗਈ। ਅੱਗ ਦੀਆਂ ਲਪਟਾਂ ਦੇਖ ਕੇ ਇੱਕ ਗੋਰੇ ਨੌਜਵਾਨ ਮੁੰਡੇ ਨੇ ਆਪਣੀ ਕਾਰ ਰੋਕੀ, ਬਲਦੀ ਹੋਈ ਅੱਗ 'ਚੋਂ ਹਰਦੇਤ ਸਿੰਘ ਨੂੰ ਕਢਦੇ ਹੋਏ ਨੇ ਆਪਣੀਆਂ ਲੱਤਾਂ ਬਾਹਾਂ ਤੇ ਕੱਪੜੇ ਸਾੜ ਲਏ। ਉਹਨੇ ਆਪਣੇ ਸੈੱਲ ਫੋਨ ਤੋਂ 911 ਤੇ ਫੋਨ ਕਰਕੇ ਐਂਬੂਲੈਂਸ ਵੀ ਬੁਲਾ ਲਈ, ਜੋ ਨਾ ਦੋਹਾਂ ਨੂੰ ਹਸਪਤਾਲ ਲੈ ਗਈ। ਹਰਦੇਤ ਸਿੰਘ ਦੀ ਕਾਰ ਤਾਂ ਬਿਲਕੁਲ ਸੜ ਗਈ ਸੀ। ਉਸ ਗੋਰੇ ਮੁੰਡੇ ਦੀ ਕਾਰ ਪੁਲਿਸ ਨੇ ਟੋ ਕਰਵਾ ਕੇ ਹਸਪਤਾਲ ਹੀ ਮੰਗਵਾ ਲਈ। ਲੱਤਾਂ ਬਾਹਾਂ ਤੇ ਪਟੀਆਂ ਕਰਵਾ ਕੇ ਪੁਲਿਸ ਨੂੰ ਆਪਣਾ ਸ਼ਨਾਖਤੀ ਕਾਰਡ ਦੇ ਕੇ ਉਹ ਘਰ ਚਲਾ ਗਿਆ ਹਰਦੇਵ ਸਿੰਘ ਜਾਦਾ ਸੜਿਆ ਹੋਣ ਕਰਕੇ ਹਸਪਤਾਲ ਚ ਦਾਖਲ ਕਰ ਲਿਆ ਗਿਆ ਪੁਲਿਸ ਨੇ ਉਹਦੇ ਪਰਿਵਾਰ ਨੂੰ ਸੂਚਨਾ ਦੇ ਕੇ ਹਸਪਤਾਲ ਹੀ ਬੁਲਾ ਲਿਆ ਘਰ ਜਾਣ ਤੋਂ ਪਹਿਲਾਂ ਗੋਰਾ ਮੁੰਡਾ ਹਰਦੇਵ ਸਿੰਘ ਨੂੰ ਦੇਖਣ ਗਿਆ ਹਰਦੇਵ ਸਿੰਘ ਨੇ ਉਸ ਵੱਲ ਗੌਰ ਨਾਲ ਦੇਖਿਆ ਤੇ ਫਿਰ ਘੁੱਟ ਕੇ ਅੱਖਾਂ ਬੰਦ ਕਰ ਲਈਆਂ ਜਿਵੇਂ ਆਪਣੇ ਆਪ 'ਚ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੋਵੇ ਕਿ ਉਹ ਕਿਵੇਂ ਗੋਰੀਆਂ ਨੂੰ ਨਫ਼ਰਤ ਕਰਦਾ ਰਿਹਾ ਹਰਦੇਵ ਸਿੰਘ ਦੀ ਜਾਨ ਬਚ ਗਈ ਪਰ ਸਰੀਰ ਕਾਫੀ ਬੁਰੀ ਤਰ੍ਹਾਂ ਸੜ ਚੁੱਕਾ ਸੀ ਇੱਕ ਮਹੀਨਾ ਹਸਪਤਾਲ 'ਚ ਰਹਿਣ ਤੋਂ ਬਾਅਦ ਜਦੋਂ ਹਰਦੇਵ ਸਿੰਘ ਘਰ ਆਇਆ ਤਾਂ ترਸੀਮ ਕੌਰ ਕਹਿਣ ਲੱਗੀ ਰੱਬ ਨੇ ਤੇਰੀ ਜਾਨ ਬਚਾਈ ਹੈ ਸਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਗਲੇ ਹਫਤੇ ਅਖੰਡ ਪਾਠ ਸਾਹਿਬ ਰਖਵਾ ਕੇ ਵੀਕਐਂਡ ਤੇ ਭੋਗ ਪਾਉਣ ਦੀ ਸਕੀਮ ਬਣਾ ਲਈਗੀ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕਰਨ ਤੋਂ 2 ਦਿਨ ਪਹਿਲਾਂ ਸ਼ਾਮ ਨੂੰ ਦੇਵ ਨੇ ਟੈਲੀਵਿਜ਼ਨ ਲਾਇਆ ਹਰਦੇਵ ਸਿੰਘ ਕੋਲੀ ਬੈਠਾ ਸੀ ਪੁਲਿਸ ਵੱਲੋਂ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤੇ ਜਾਣ ਦੀ ਖਬਰ ਦਿੱਤੀ ਜਾ ਰਹੀ ਸੀ ਜਿਨ੍ਹਾਂ ਨੇ ਸਮਾਜ ਵਿੱਚ ਆਪਣੇ ਜਾਨ ਨੂੰ ਖਤਰੇ 'ਚ ਪਾ ਕੇ ਕਿਸੇ ਦੀ ਮਦਦ ਕੀਤੀ ਜਾਂ ਜਾਨ ਬਚਾਈ ਸੀ ਸਨਮਾਨ ਲੈਣ ਵਾਲੇ ਲੋਕਾਂ 'ਚ ਉਸ ਨੌਜਵਾਨ ਗੋਰੀ ਮੁੰਡੇ ਨੂੰ ਦੇਖ ਕੇ ਹਰਦੇਵ ਸਿੰਘ ਉੱਚੀ ਬੋਲ ਕੇ ਕਹਿਣ ਲੱਗਾ ਉਸ ਮੁੰਡੇ ਨੇ ਤਾਂ ਮੇਰੀ ਜਾਨ ਬਚਾਈ ਸੀ ਉਹ ਤਾਂ ਮੇਰੇ ਲਈ ਰੱਬ ਬਣ ਕੇ ਆਇਆ ਸੀ ਲਾਗੇ ਬੈਠਾ ਦੇਵ ਸੁਣ ਕੇ ਕਹਿਣ ਲੱਗਾ ਡੈਡੀ ਜੀ ਆਪਾਂ ਵੀ ਉਹਨੂੰ ਅਖੰਡ ਪਾਠ ਦੇ ਭੋਗ ਤੇ ਸਦਕੇ ਸਨਮਾਨਿਤ ਹੀ ਕਿਉਂ ਨਾ ਕਰ ਦਈਏ ਦੂਸਰੇ ਦਿਨ ਦੇਵ ਨੇ ਲੋਕਲ ਪੁਲਿਸ ਨਾਲ ਤਾਲਮੇਲ ਕਰਕੇ ਉਹਦਾ ਪਤਾ ਕਰ ਲਿਆ ਤੇ ਉਹਦਾ ਫੋਨ ਨੰਬਰ ਲੈ ਕੇ ਉਹਨੂੰ ਅਖੰਡ ਪਾਠ ਦੇ ਭੋਗ ਵਾਲੇ ਦਿਨ ਗੁਰਦੁਆਰੇ ਆਉਣ ਦਾ ਸੱਦਾ ਦੇ ਦਿੱਤਾ ਉਹਦਾ ਨਾਮ ਲਿਖਵਾ ਕੇ ਇੱਕ ਬਲੈਕ ਵੀ ਦੇਵ ਨੇ ਬਣਵਾ ਲਈ ਅਖੰਡ ਪਾਠ ਦੇ ਭੋਗ ਵਾਲੇ ਦਿਨ ਆਪਣਾ ਸਨਮਾਨ ਲੈਣ ਲਈ ਜਦੋਂ ਉਹ ਗੋਰਾ ਨੌਜਵਾਨ ਗੁਰਦੁਆਰੇ 'ਚ ਦਾਖਲ ਹੋਇਆ ਉਹਦਾ ਸਿਰ ਕੇਸਰੀ ਰੰਗ ਦੇ ਪਟਕੇ ਨਾਲ ਟਕਿਆ ਹੋਇਆ ਸੀ ਜੁੱਤੀਆਂ ਲਾ ਕੇ ਉਹਨੇ ਬਹੁਤ ਹੀ ਸਲੀਕੇ ਨਾਲ 10 ਡਾਲਰ ਗੋਲਕ 'ਚ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੀ ਝਣ ਚੁੱਕ ਕੇ ਮੱਥਾ ਟੇਕਿਆ ਸ਼ਰਧਾ ਨਾਲ ਬੈਠ ਕੇ ਕੀਰਤਨ ਸੁਣਨ ਲੱਗ ਪਿਆ ਭੋਗ ਭੇਨ ਤੋਂ ਬਾਅਦ ਦੇਵ ਨੇ ਸਟੇਜ ਤੇ ਜਾ ਕੇ ਅੰਗਰੇਜ਼ੀ ਚ ਰੌਬਰਟ ਮਾਰਸ਼ਲ ਦੇ ਬਾਰੇ ਦੱਸਿਆ ਤੇ ਨਾਲ ਹੀ ਕਿਹਾ ਕਿ ਉਹਦਾ ਪਰਿਵਾਰ ਉਹਦਾ ਬਹੁਤ ਹੀ احਸਾਨਮੰਦ ਹੈ ਕਿਉਂਕਿ ਉਹਨੇ ਆਪਣੀ ਜਾਨ ਦੇ ਖੇਡ ਕੇ ਸਾਡੇ ਪਿਤਾ ਜੀ ਦੀ ਜਾਨ ਬਚਾਈ ਹੈ ਉਹਨੂੰ ਹਰਦੇਵ ਸਿੰਘ ਤੇ ਦੇਵ ਨੇ ਬਲੈਕ ਪੇਟ ਕੀਤੇ ਤੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਸਿਰੋਪਾ ਪੇਟ ਕੀਤਾ ਉਸ ਤੋਂ ਬਾਅਦ ਦੇਵ ਨੂੰ ਲੰਗਰ ਹਾਲ 'ਚ ਲੈ ਗਿਆ। ਉਹਨੇ ਬੜੇ ਸਵਾਦ ਨਾਲ ਲੰਗਰ ਛਕਿਆ ਤੇ ਦੇਵ ਨੂੰ ਕਹਿਣ ਲੱਗਾ ਕਿ ਮੈਂ ਥੋੜਾ ਜਿਹਾ ਖਾਣ ਦਾ ਸਮਾਨ ਘਰ ਵੀ ਲੈ ਜਾ ਸਕਦਾ। ਦੇਵ ਨੇ ਖੀਰ, ਸਬਜ਼ੀ, ਚਾਰ-ਪੰਜ ਪ੍ਰਸ਼ਾਦੇ ਐਲੂਮੀਨੀਅਮ ਪੇਪਰ 'ਚ ਲਪੇਟ ਕੇ ਸਭ ਕੁਝ ਇੱਕ ਪਲਾਸਟਿਕ ਬੈਗ 'ਚ ਪਾ ਕੇ ਉਹਦੇ ਹੱਥ 'ਚ ਫੜਾ ਦਿੱਤਾ। ਜਾਣ ਲੱਗਾ ਉਹ ਇੱਕ ਵਾਰ ਫਿਰ ਹਰਦਿਤ ਸਿੰਘ ਨੂੰ ਮਿਲਣ ਗਿਆ। ਦੋਵੇਂ ਪਿਓ-ਪੁੱਤੋਂ ਨੂੰ ਗੁਰਦੁਆਰੇ ਦੇ ਬਾਹਰ ਤੱਕ ਛੱਡਣ ਗਏ। ਅਜੇ ਬਾਹਰ ਹੀ ਖੜੇ ਉਹਨੂੰ ਦੇਖ ਰਹੇ ਸਨ। ਰੌਬਰਟ ਕਾਲੀ ਕਾਲੀ ਕਦਮ ਪੁੱਟਦਾ ਹੋਇਆ ਇੱਕ ਕਾਰ 'ਚ ਜਾ ਵੜਿਆ ਜੋ ਕਿਸੇ ਨੇ ਉਹਨੂੰ ਆਉਂਦਿਆਂ ਦੇਖ ਕੇ ਸਟਾਰਟ ਕਰ ਦਿੱਤੀ ਸੀ ਉਹ ਦੋਵੇਂ ਜਣੇ ਦੇਖ ਕੇ ਹੈਰਾਨ ਜੇ ਹੋ ਗਏ ਉਹਨਾਂ ਨੂੰ ਜਿਵੇਂ ਆਪਣੀ ਅੱਖਾਂ 'ਤੇ ਯਕੀਨ ਨਾ ਆ ਰਿਹਾ ਹੋਵੇ ਉਹਨਾਂ ਅੱਗੇ ਵੱਧ ਕੇ ਦੇਖਿਆ ਤਾਂ ਕਾਰ 'ਚ ਰਵਨੀਤ ਬੈਠੀ ਕਾਰ ਚਲਾ ਰਹੀ ਸੀ ਦੋਹਾਂ ਨੇ ਇੱਕ ਦੂਸਰੇ ਵੱਲ ਇੱਕ ਸਵਾਲੀਆ ਨਜ਼ਰਾਂ ਨਾਲ ਦੇਖਿਆ ਦੋਹਾਂ ਦੇ ਬੁੱਲਾਂ 'ਤੇ ਖਾਮੋਸ਼ੀ ਸੀ ਦੇਵ ਦੀਆਂ ਬਾਹਾਂ ਮੋਹਾਰੀਆਂ ਗਾਂ ਨੂੰ ਵੱਧ ਗਈਆਂ ਜਿਵੇਂ ਭੱਜ ਕੇ ਰਵਨੀਤ ਨੂੰ ਆਪਣੇ ਤਰਸਦੀ ਹੋਈ ਗਲਬੱਕੜੀ ਚ ਲੈਣਾ ਚਾਹੁੰਦਾ ਹੋਵੇ ਰਵਨੀਤ ਨੇ ਉਹਨਾਂ ਨੂੰ ਬਿਨ ਦੇਖਿਆਂ ਕਾਰ ਪਿਛਾ ਕੇ ਗੁਰਦੁਆਰੇ ਚੋਂ ਬਾਹਰ ਹੋ ਗਈ ਦੋਹਾਂ ਦੀਆਂ ਬਾਹਾਂ ਅਚਾਨਕ ਉੱਪਰ ਨੂੰ ਉਠੀਆਂ ਜਿਵੇਂ ਉਹ ਅੱਗੇ ਵਧ ਕੇ ਰਵਨੀਤ ਨੂੰ ਆਪਣੀਆਂ ਗਲਬੱਕੜੀਆਂ ਚ ਲੈਣਾ ਚਾਹੁੰਦੀ ਹੋਣ ਦੋਵੇਂ ਖੁੱਲੀਆਂ ਬਾਹਾਂ ਨਾਲ ਚੁੱਪਚੀਪੀਤੇ ਖੜੇ ਇੱਕ ਦੂਜੇ ਦੇ ਮੂੰਹ ਹਲ ਵੇਖਦੇ ਰਹਿ ਗਏ ਉਹਨਾਂ ਨੂੰ ਸਮਝ ਨਾ ਲੱਗੀ ਕਿ ਇਹ ਖਬਰ ਨੂੰ ਆਪਣੇ ਪਰਿਵਾਰ ਨਾਲ ਕਿਵੇਂ ਸਾਂਝੀ ਕਰਨ ਦੇਵ ਸੋਚ ਰਿਹਾ ਸੀ ਡੈਡੀ ਦੀ ਜਾਨ ਬਚਾਉਣ ਵਾਲਾ ਕੋਈ ਉਪਰਾ ਨਹੀਂ ਸਗੋਂ ਉਹਨਾਂ ਦੇ ਪਰਿਵਾਰ ਦਾ ਹੀ ਇੱਕ ਮੈਂਬਰ ਸੀ ਸ਼ਾਮ ਨੂੰ ਜਦੋਂ ਸਾਰਾ ਪਰਿਵਾਰ ਘਰ 'ਚ ਬੈਠਾ ਸੀ ਸਭ ਦੇ ਚਿਹਰੇ 'ਤੇ ਇੱਕ ਵੱਖਰੀ ਕਿਸਮ ਦਾ ਸਕੂਨ ਜਿਹਾ ਨਜ਼ਰ ਆ ਰਿਹਾ ਸੀ ਘਰ ਦਾ ਵਾਤਾਵਰਨ ਸ਼ਾਂਤ ਸ਼ਾਂਤ ਲੱਗ ਰਿਹਾ ਸੀ ਉਸ ਰਾਤ ਪਹਿਲੀ ਵਾਰ ਕਾਫੀ ਸਮੇਂ ਤੋਂ ਬਾਅਦ ਹਰਦਿਤ ਸਿੰਘ ਚੈਨ ਦੀ ਨੀਂਦੇ ਸੁੱਤਾ ਸਵੇਰੇ ਉੱਠ ਕੇ ਉਹਨੇ ਪੰਜਾ ਬਾੜੀਆਂ ਦਾ ਪਾਠ ਕਰਨ ਤੋਂ ਬਾਅਦ ਇੱਕ ਵਾਰ ਫਿਰ ਭਗਤ ਕਬੀਰ ਜੀ ਦੇ ਸ਼ਲੋਕ ਅਵਲਲਾ 100 ਰੁਪਏ ਕੁਦਰਤ ਕੇ ਸਬੰਧੇ ਬੋਦੀwidetilde ਮੇਵਾਸਟਾ ਪੜਿਆ ਜਿਵੇਂ ਅੱਜ ਪਹਿਲੀ ਵਾਰ ਉਸ ਨੂੰ ਇਹਨਾਂ ਲਾਈਨਾਂ ਦੇ ਅਸਲੀ ਅਰਥਾਂ ਦਾ ਅਹਿਸਾਸ ਹੋਇਆ ਹੋਵੇ ਨਾਲ ਹੀ ਉਹਦੇ ਦਿਲ 'ਚ ਰਵਨੀਤ ਨੂੰ ਮਿਲਣ ਦੀ ਤਾਂਘ ਜਾਗ ਪਈ ਧੰਨਵਾਦ